ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਮੈਂ ਨਿੱਜਰ ਜੱਟ ਜੰਮਿਆ, ਨਿੱਜਰ ਜੱਟ ਹੀ ਮਰੇਗਾ ਅਤੇ ਹੋਰ ਨਹੀਂ ਕੋਈ ਮਰਦਾ, ਜਿਹੜਾ ਜੰਮਿਆ ਉਹੀ ਮਰੂਗਾ ਨਾ। ਇਸ ਕਰਕੇ ਸਿੱਖ, ਹਿੰਦੂ, ਮੁਸਲਿਮ, ਕ੍ਰਿਸਚਨ, ਜਿਊ ਐਕਸੈਟਰਾ ਜਿਹੜੇ ਨਾ, ਇਹ ਸਾਰੇ ਇਹ ਨਾ ਜੰਮੇ ਨੇ ਅਤੇ ਨਾ ਮਰਦੇ ਨੇ, ਕਿਉਂਕਿ ਇਹ ਹੈਗੇ ਵੇ ਆਫ ਲਾਈਫ, ਰਹਿਣ ਦਾ ਢੰਗ ਹੈਗਾ। ਕੋਈ ਦੂਜੀ ਤਰ੍ਹਾਂ ਰਹੀ ਜਾਂਦਾ, ਕੋਈ ਦੂਜੀ ਤਰ੍ਹਾਂ, ਆਪਣੀ ਆਪਣੀ ਮਰਜ਼ੀ ਹੈਗੀ। ਪੈਦਾ ਤਾਂ ਜਿਹੜਾ ਹੁੰਦਾ ਉਹਦਾ ਕੌਮਾਂ ਦੇ ਲੋਕ ਪੈਦਾ ਹੁੰਦੇ, ਮੇਰੀ ਕੌਮ ਜੱਟ ਹੈਗੀ। ਜੱਟ ਦਾ ਜਿਹੜਾ ਵਿੱਚ ਹੈਗਾ ਨਿੱਜਰ ਹੈਗਾ, ਇੱਕ ਸਰਨੇਮ ਹੈਗਾ ਜੱਟਾਂ ਦਾ। ਜੱਟ ਉਹ ਨਹੀਂ ਹੁੰਦਾ ਜਿਹੜਾ ਖੇਤੀ ਕਰੇ, ਉਹ ਕਿਸਾਨ ਹੁੰਦਾ ਹੈਗਾ। ਜੱਟ ਕੌਮ ਹੈਗੀ, ਉਹ ਤੇਰੇ ਇੱਥੇ ਆ ਜਾਂਦੇ ਨੇ ਜੁੜਾਏ ਮੋਚੀ, ਉਹਨਾਂ ਕੋਲ ਹੁਣ ਜ਼ਮੀਨਾਂ ਹੈਗੀਆਂ ਨੇ ਤਾਂ ਕਹਿ ਦਿੰਦੇ ਨੇ, ਜਦੋਂ ਪੁੱਛਿਆ ਕੀ ਜਾਤ ਹੈਗੀ, ਕਹਿੰਦੇ ਜੀ ਜੱਟ ਹੈਗੀ ਆ ਜੀ ਜੱਟ। ਫਿਰ ਜਦੋਂ ਕਹਿੰਦੇ ਨਾ ਕੀ ਗੋਤ ਕੀ ਹੈਗਾ, ਉਹ ਗੋਤ ਨਹੀਂ ਸਾਨੂੰ ਪਤਾ ਜੀ। ਮੈਂ ਕਿਹਾ ਗੋਤ ਕਿੱਦਾਂ ਨਹੀਂ ਪਤਾ, ਜੱਟ ਜੇ ਜੱਟ ਹੈਗਾ ਤਾਂ ਗੋਤ ਤਾਂ ਹੋਣੇ ਜੱਟਾਂ ਦਾ। ਨਹੀਂ ਜੀ, ਅਸੀਂ ਉਹ ਜੱਟ ਨਹੀਂ ਹੈਗੇ। ਫਿਰ ਉਹਨਾਂ ਨੂੰ ਕਹਿ ਦਈਦਾ ਜੱਟ ਉਹ ਹੁੰਦਾ ਜਿਹੜਾ ਜੱਟ ਦੀ ਸੱਟ ਹੋਵੇ, ਦੂਜਾ ਨਹੀਂ ਜੱਟ ਬਣ ਸਕਦਾ। ਇਸ ਕਰਕੇ ਇਹ ਜਿਹੜਾ ਹੈਗਾ ਨਾ, ਲੋਕਾਂ ਨੇ ਜਨੂੰਨ ਜਿਹੜਾ ਚੜਿਆ ਨਾ ਕਿ ਅਸੀਂ ਹਿੰਦੂ ਹੈਗੇ ਆ, ਸਿੱਖ ਹੈਗੇ ਆ, ਮੁਸਲਮਾਨ ਹੈਗੇ ਆ, ਜਿਊ, ਇਹ ਜਿਹੜਾ ਜਨੂੰਨ ਹੈਗਾ ਇਹ ਕਲਯੁੱਗ ਦਾ ਸਿਹਰਾ ਹੈਗਾ। ਕਲਯੁੱਗ ਦਾ ਜਿਹੜਾ ਇਹਦੇ ਸਿਹਰੇ ਚੋਂ ਨਿਕਲ ਜਾਏਗਾ ਨਾ, ਉਹੀ ਬਸ ਮਾਨ ਪਾਏਗਾ। ਅਤੇ 1947 'ਚ ਇਹ ਮੇਰੇ ਫਾਦਰ ਹੋਰਾਂ ਨੂੰ ਪਤਾ ਸੀਗਾ ਕਿ ਇਹ ਜਿਹੜੇ ਨੇ ਇਹ ਮਜ਼ਹਬੀ ਰੂਪ ਹੈਗੇ ਨੇ, ਹਿੰਦੂ ਹੋਇਆ, ਸਿੱਖ ਹੋਇਆ, ਮੁਸਲਮਾਨ ਹੋਇਆ, ਕ੍ਰਿਸਚਨ ਹੋਇਆ, ਇਹ ਕੌਮਾਂ ਨਹੀਂ ਹੈਗੀਆਂ। ਇਹ ਜਿਹੜਾ ਗੁਰਦੁਆਰੇ 'ਚ ਆ ਜਾਂਦੇ ਨਾ, ਸਿੱਖ ਕੌਮ ਦਾ ਪ੍ਰਚਾਰ ਕਰਦੇ ਨਾ ਜਦੋਂ, ਉਦੋਂ ਤੁਹਾਨੂੰ ਸੁਪਰ ਬਾਸਟਡ ਬਣਾ ਜਾਂਦੇ ਨੇ, ਹਰਾਮੀ, ਪੱਕੇ ਹਰਾਮੀ, ਜਿਹਨਾਂ ਨੂੰ ਕਹਿੰਦੇ ਸ਼ੰਕਰ ਵਰਨੀਏ। ਅਤੇ ਤੁਸੀਂ ਬੜੇ ਖੁਸ਼ ਹੁੰਦੇ ਹਾਂ ਕਿ ਸਾਡੀ ਸਿੱਖ ਕੌਮ ਬਣ ਗਈ ਜੀ ਹੁਣ, ਅਤੇ ਸਾਡਾ ਹੁਣ ਉੱਥੇ ਮੁਲਕ ਬਣ ਜਾਣਾ, ਖਾਲਿਸਤਾਨ ਬਣ ਜਾਣਾ ਹੈਗਾ, ਉੱਥੇ ਜਹਾਜ਼ ਚੱਲਣਗੇ, ਉੱਥੇ ਸਾਡੀ ਸਿੱਕੇ ਦੇ ਮੋਹਰ ਲੱਗੇਗੀ ਖਾਲਿਸਤਾਨ ਦੀ। ਬੜੇ ਖੁਸ਼ ਹੁੰਦੇ ਹਾਂ। ਉਹ ਜਿਹੜਾ ਆਦਮੀ ਆਉਂਦਾ ਹੈਗਾ ਨਾ ਤੁਹਾਨੂੰ ਖਾਲਿਸਤਾਨ ਦੇ ਸੁਖਨੇ ਦੇਣ ਲਈ, ਉਹ ਤੁਹਾਡੇ ਦਿਲ ਖੁਸ਼ ਕਰਕੇ ਤਾਂ ਪੈਸੇ ਲਾਭੇ ਹੋ ਕੇ ਤਾਂ ਲੁੱਟ ਕੇ ਲੈ ਜਾਂਦਾ ਤੁਹਾਨੂੰ, ਤੂੰ ਤੁਸੀਂ ਜੀਓ ਜਾਂ ਮਰੋ ਤੁਹਾਡੀ ਹੈਗੀ। ਅਤੇ 1947 'ਚ ਫਾਦਰ ਹੋਰੀ ਉਹਨਾਂ ਨੇ ਦੱਸਿਆ ਸੀ ਲੋਕਾਂ ਨੂੰ ਪਿੰਡਾਂ 'ਚ ਜਾ ਕੇ ਕਿ ਆਪਸ 'ਚ ਨਾ ਲੜਿਆ ਜੇ, ਸਿੱਖ ਅਤੇ ਮੁਸਲਮਾਨ ਇਹ ਮਿਲਤਾਂ ਹੈਗੀਆਂ ਨੇ, ਜਮਾਤਾਂ ਹੈਗੀਆਂ, ਮਜ਼ਹਬੀ ਜਮਾਤਾਂ ਨੇ, ਇਹ ਨਾ ਜੰਮਿਆ ਅਤੇ ਨਾ ਮਰਿਆ। ਜਿਸਮ ਦੇ ਲੋਕ, ਕੌਮਾਂ ਦੇ ਲੋਕ ਜੰਮੇ ਨੇ, ਕੌਮਾਂ ਦੇ ਲੋਕ ਮਰਨਗੇ। ਅਤੇ ਉਹਨਾਂ ਨੂੰ ਸਮਝਾਇਆ ਸੀਗੇ ਵੀ ਇੱਕ ਦੂਜੇ ਦੇ ਹਮਲਾ ਨਾ ਕਰਿਆ ਜੇ, ਉਹ ਬਚੇ ਰਹੇ। ਅਤੇ ਨਾਲੇ ਉਹ ਪਿੰਡਾਂ 'ਚ ਸਮਝਣਾ, ਜਿਹੜੇ ਪਿੰਡ 'ਚ ਸਮਝਾ ਕੇ ਆਏ ਸੀ ਨਾ, ਉਹ ਫਿਰ ਉਹਨਾਂ ਛੱਡ ਕੇ ਆਏ ਕਾਫਲੇ ਆਏ ਜੇ ਹਿਫਾਜ਼ਤ ਨਾਲ, ਉਹਨਾਂ ਨੇ ਰਾਖੀ ਨਾਲ ਵੀ ਤੁਸੀਂ ਉੱਥੇ ਕਾਫਲਿਆਂ 'ਚ ਜਾਓ। ਅਤੇ ਇੱਕ ਸੀਗਾ ਸਾਡਾ ਸੂਬੇਦਾਰ, 6-7 ਫੁੱਟ ਹੋਣਾ ਉੱਚਾ, ਅਤੇ ਉਹਨੂੰ ਫਾਦਰ ਹੋਰ ਕਹਿੰਦੇ 78 ਚੱਕ ਸੀ ਵੀ ਕਿ ਮੈਂ ਡੂਬਰੀ ਦੇ ਕੋਲ, ਅਤੇ ਉਹਨੂੰ ਕਹਿੰਦੇ ਮੈਨੂੰ ਆਪਣੇ ਨਾਲ ਦੇ ਪਿੰਡ ਲੈ ਚੱਲ, ਮੈਂ ਉਹਨਾਂ ਨੂੰ ਸਮਝਾਇਆ ਵਾ ਵੀ ਅਸੀਂ ਜੱਟਾਂ ਨੇ ਮਰਨਾ ਇੱਕ ਦੂਜੇ ਨਾਲ, ਸਿੱਖ ਅਤੇ ਮੁਸਲਮਾਨ ਇਹ ਰੂਹਾਂ ਹੈਗੀਆਂ ਨੇ, ਇਹ ਜਿਸਮ ਨਹੀਂ ਹੈਗੇ। ਅਤੇ ਕਹਿੰਦਾ ਨਹੀਂ ਜੀ, ਉਹ ਤਾਂ ਮੇਰਾ ਪਾਣੀ ਭਰਦੇ ਨੇ, ਮੈਨੂੰ ਨਹੀਂ ਲੋੜ ਹੈਗੀ। ਉਹੀ ਗੱਲ ਹੋਈ ਜਦੋਂ ਪਾਕਿਸਤਾਨ ਬਣਿਆ, ਉਹੀ ਆ ਗਿਆ ਬੰਦੂਕ ਲੈ ਕੇ,
ਤੇ ਹਮਲਾ ਕੀਤਾ ਉਹਨੇ ਪਿੰਡ ਤੇ ਉਹ ਸੂਬੇਦਾਰ ਨੇ ਆਪਣੇ ਜਿਹੜੀ ਨੂੰਹ ਸੀ ਉਹ ਵੀ ਮਾਰੀ, ਉਹਦੇ ਬੱਚਾ ਵੀ ਮਾਰਿਆ ਤੇ ਖੂਹ 'ਚ ਲਾਸ਼ਾਂ ਛਿੜ ਦਿੱਤੀਆਂ। ਤੇ ਫਿਰ ਆਪ ਗਿਆ ਬਾਹਰ, ਜਦੋਂ ਗਿਆ ਤਾਂ ਉਹਨੇ ਗੋਲੀ ਮਾਰੀ ਤੇ ਡੇਗ ਦਿੱਤਾ ਤੇ ਉਹਦੀ ਪੱਗ ਚੱਕ ਕੇ ਤਾਂ ਆਪਣੇ ਸਿਰ 'ਤੇ ਰੱਖ ਲਈ। ਅਤੇ ਇਸ ਤਰ੍ਹਾਂ ਸੀ ਬਾਣੀ ਅਤੇ ਇਹੋ ਜਿਹੜੇ ਹੈਗਾ ਬਾਈਬਲ 'ਚ ਵੀ ਇਹੋ ਹੀ ਆਉਂਦਾ ਨਿਊ ਟੈਸਟਾਮੈਂਟ 'ਚ ਅਤੇ ਬਾਣੀ 'ਚ ਵੀ ਇਹੋ ਹੀ ਆਉਂਦਾ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ। ਬੀਓ ਬੀਜ ਦਾ ਮਤਲਬ ਹੈਗਾ ਵੀ ਆਪਣਾ ਕੌਮ ਨਾ ਭੁੱਲੋ, ਜਿਹੜੀ ਕੌਮ ਹੈਗੀ ਉਹ ਨਾ ਭੁੱਲੋ। ਉਹ ਬੀਜ ਹੁੰਦਾ ਜਿਹੜਾ ਮੇਰਾ ਜਿਹੜਾ ਹੈਗਾ ਤੁਖਮ ਹੈਗਾ, ਮੇਰਾ ਨਿੱਜਰ ਹੈਗਾ, ਨਿੱਜਰ ਦਾ ਤੁਖਮ ਹੈਗਾ ਮੈਂ ਬੀਜ ਹੈਗਾ। ਅਤੇ ਜਿੰਨਾ ਚਿਰ ਮੈਂ ਆਪਣੇ ਆਪ ਨੂੰ ਨਹੀਂ ਭੁੱਲਦਾ, ਇਹਨੂੰ ਸਿੱਖ ਕੌਮ ਨਹੀਂ ਨਾ ਬਣਾਉਂਦਾ, ਉਨ੍ਹਾਂ ਚਿਰ ਮੇਰੇ 'ਤੇ ਹਿਫਾਜ਼ਤ ਹੈਗੀ, ਮੇਰੀ ਪੱਤ ਰਹੇਗੀ। ਅਤੇ ਜਦੋਂ ਮੈਂ ਬਦਲ ਲਿਆ ਤਾਂ ਫਿਰ ਬਿਮਾਰੀਆਂ ਦਾ ਸ਼ੰਕਰ ਵਰਨੀਆ ਹਰਾਮੀ। ਆਹ ਜਿਹੜਾ ਜਿਸਮ ਹੈਗਾ ਇਹ ਨਿੱਜਰ ਜੱਟ ਦਾ ਹੈਗਾ ਨਾ, ਨਿੱਜਰ ਜੱਟ ਪੈਦਾ ਹੋਇਆ, ਨਿੱਜਰ ਜੱਟ ਮਰੇਗਾ ਨਾ। ਜੇ ਇਹਨੂੰ ਮੈਂ ਕਹਿੰਦਾ ਇਹ ਸਿੱਖ ਕੌਮ ਬਣ ਗਈ ਤਾਂ ਫਿਰ ਆਪਣੇ ਨਿੱਜਰ ਪਿਓ ਨੂੰ ਜਵਾਬ ਦੇ ਕੇ ਮੈਂ ਇੱਕ ਉਹ ਹਰਾਮੀ ਬਣਦਾ ਜਿਹੜਾ ਕਿ ਕੰਜਰੀ ਦੇ ਪੇੜ 'ਚ ਪੈਦਾ ਹਰਾਮੀ ਹੁੰਦਾ। ਉਹਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਵੀ ਮੇਰਾ ਪੇ ਕੌਣ ਹੈਗਾ, ਮੈਨੂੰ ਤਾਂ ਪਤਾ ਹੈ ਨਾ ਮੇਰਾ ਪੇ ਕੌਣ ਹੈਗਾ। ਅਤੇ ਮੈਂ ਆਪਣਾ ਛੱਡ ਦਿੱਤਾ ਪੇ, ਛੱਡ ਕੇ ਮੈਂ ਇੱਕ ਨੰਬਰ ਦਾ ਹਰਾਮੀ ਬਣਦਾ ਜਿਹਨੂੰ ਕਹਿੰਦੇ ਸੁਪਰ ਬਾਸਟਰਡ ਫਨੈਟਿਕ ਡਾਇਵੋਰਸ। ਉਹ ਫਨੈਟਿਕ ਹੁੰਦੇ ਜਨੂਨੀ, ਉਹਨਾਂ ਨੂੰ ਪਤਾ ਨਹੀਂ ਹੁੰਦਾ ਆਪਣੇ ਪਰਾਏ ਦਾ। ਅਤੇ ਇਹ ਸੀ ਉਦੋਂ ਬਣੇ ਸੁਪਰ ਬਾਸਟਰਡ ਫਨੈਟਿਕ ਡਾਇਵੋਰ। ਅਤੇ ਉਹਨਾਂ ਨੇ ਜੱਟਾਂ ਨੂੰ, ਜੱਟਾਂ ਨੇ ਮਾਰਿਆ ਆਪਣੀਆਂ ਕੌਮਾਂ ਦੇ ਲੋਕ ਨੂੰ ਮਾਰਿਆ ਬਗੈਰ ਕਿਸੇ ਕਸੂਰ ਦੇ। ਬਸ ਇਹੋ ਹੀ ਕਿ ਉਹ ਸਿੱਖ ਹੈਗਾ ਤਾਂ ਉਹ ਮੁਸਲਮਾਨ ਹੈਗਾ, ਸ਼ਕਲ ਦੇ ਬਣ ਗਿਆ ਸਿੱਖ ਮੁਸਲਮਾਨ, ਅਕਲ ਦੇ ਨਹੀਂ ਬਣੇ। ਸਿੱਖੀ ਜਿਹੜੀ ਕਿ ਇੰਨੀ ਚੀਪ ਨਹੀਂ ਹੈਗੀ। ਇਹ ਜਿਹੜਾ ਹੈਗਾ ਗਿਆਨ ਹੈਗਾ, ਇਹ ਗਿਆਨੀ ਉਹ ਜੋ ਆਪ ਵਿਚਾਰੇ, ਇਹ ਗਿਆਨ ਔਖਾ ਨਹੀਂ ਹੈਗਾ, ਬਹੁਤ ਸੌਖਾ ਹੈਗਾ ਜੇ ਤੁਸੀਂ ਆਪ ਵਿਚਾਰੋਗੇ। ਹਜ਼ਰਤ ਇਬਰਾਹਿਮ ਨੇ ਇਹ ਕਾਬਾ ਜਿਹੜਾ ਨਾ ਹੱਜ ਦਾ ਰਾਈਟ ਬਣਾਇਆ ਸੀਗਾ ਲੋਕਾਂ ਨੂੰ ਆਪਣੇ ਪਿਓ ਦਾ ਬਣਨ ਲਈ, ਕਿ ਆਪਣਾ ਪਿਓ ਨਾ ਭੁੱਲੋ। ਅਤੇ ਹੱਜ ਦੇ 'ਚ ਤਿੰਨ ਬੁੱਤ ਹੈਗੇ ਸ਼ੈਤਾਨਾਂ ਦੇ। ਪਹਿਲਾ ਬੁੱਤ ਜਿਹੜਾ ਹੈਗਾ ਉਹ ਹੈਗਾ ਈਸਟ ਵੱਲ, ਮਸ਼ਰਕ ਵੱਲ, ਅਤੇ ਉਹਦਾ ਨਾਂ ਹੈਗਾ ਅਲਜਮਾਰ ਅਲ ਦੁਨੀਆ। ਵੀ ਇਹ ਸ਼ੈਤਾਨ ਜਿਹੜਾ ਹੁੰਦਾ ਹਰਾਮੀ ਹੁੰਦਾ, ਇਹ ਉਹ ਹਰਾਮੀ ਹੋਣਗੇ ਜਿਹੜੇ ਕਿ ਕੰਜਰੀ ਦੇ ਪੇਟ 'ਚ ਪੈਦਾ ਹੋਏ ਨੇ, ਆਹ ਜਿਹੜੇ ਨੇ। ਇਹਨਾਂ ਨੂੰ ਬਾਣੀ ਉਹਦੇ 'ਚ ਬਾਈਬਲ 'ਚ ਕਿਹਾ ਮਸਟਰਡ ਸੀਡ। ਜੀਜ਼ ਜਿਹੜਾ ਖੁਦ ਸੀ ਇੱਕ ਮਸਟਰਡ ਸੀਡ ਸੀਗਾ, ਅਨੋਇੰਟਡ ਮਸਟਰਡ ਸੀਡ। ਉਹਦਾ ਕੋਈ ਕਬੀਲੇ ਨਾਲ ਕੋਈ ਤੌਲਕ ਨਹੀਂ, ਆਦਮ ਨਾਲ ਕੋਈ ਤੌਲਕ ਨਹੀਂ ਸੀਗਾ। ਇਹ ਹੈਗੇ ਜਿਹਨਾਂ ਦਾ ਆਦਮ ਨਾਲ ਤੌਲਕ ਹੈਗਾ। ਫਿਰ ਹੈਗੇ ਪੈਸੇ ਦੀ ਖਾਤਰ ਆਪਣੀ ਕੌਮ ਬਦਲ ਲੈਂਦੇ ਨੇ, ਜਿੱਦਾਂ ਜਾਫਰੀ ਹੋਇਆ, ਅਨਸਾਰੀ ਹੋਇਆ, ਅਰਬਿਸਾਈਡ ਜਿਹੜੇ ਨੌ ਹੈਗੇ ਨੇ। ਇਹਨਾਂ ਨੂੰ ਪੁੱਛੇ ਵੀ ਉਹ ਸਾਡੇ ਤਾਂ ਉੱਥੇ ਇੰਡੀਆ 'ਚ ਕੋਈ ਕੌਮ ਨਹੀਂ ਗੀ, ਨਾ ਹੁਸੈਨ ਹੈਗੀ, ਨਾ ਅਲੀ ਹੈਗੀ, ਨਾ ਕੁਛ ਹੋਰ ਹੈਗਾ। ਅਤੇ ਪੁਸ਼ਟ ਦਰ ਪੁਸ਼ਟ 'ਤੇ ਆਪਣਾ ਸਰਨੇਮ ਬਦਲਦੇ ਨੇ। ਪੇ ਦਾ ਨਾਂ ਹੋਊਗਾ ਹੁਸੈਨ ਅਲੀ, ਅਤੇ ਪੁੱਤਰ ਦਾ ਹੋ ਜਾਏਗਾ ਫਿਰ ਅਲੀ ਹੁਸੈਨ, ਉਹਦਾ ਹੁਸੈਨ ਜਿਹੜਾ ਸਰਨੇਮ ਬਣ ਜਾਏਗਾ। ਪਰ ਸ਼ੈਤਾਨ ਹੈਗੇ ਨੇ ਉਹ, ਜਿਹੜਾ ਆਪਣੇ ਅਸਲੀ ਸਰਨੇਮ ਹੈਗਾ ਉਹ ਲੁਕੋ ਕੇ ਰੱਖਦੇ ਨੇ ਸ਼ਿਜਰੇ। ਜਦੋਂ ਵਿਆਹ ਸ਼ਾਦੀ ਹੁੰਦੀ ਤਾਂ ਇੱਕ ਦੂਜੇ ਨਾਲ ਮਿਲਾਉਂਦੇ ਨੇ, ਜੇ ਸ਼ੱਕ ਹੁੰਦੀ ਤਾਂ ਤੀਜੇ ਨਾਲ ਕੋਲ ਜਾ ਕੇ ਮਿਲਾਉਂਦੇ ਨੇ। ਇੱਕ ਖੱਤਰੀ ਸੀਗਾ ਜਿਹੜਾ ਜਾਫਰੀ ਬਣਿਆ ਹੋਇਆ, ਉਹਨੂੰ ਦੱਸਿਆ ਵੀ ਅਸੀਂ ਤਾਂ ਅਸੀਂ ਸ਼ਾਦੀ ਨਹੀਂ ਸੀ ਕਰਦੇ ਆਪਸ 'ਚ,
ਮਾਮੇ ਤਾਏ ਦੀ ਉੱਥੇ ਉਹ ਨਹੀਂ ਕਰੀਦੇ ਜਿਹੜੇ ਲੋਕੀ ਕਰਦੇ ਨੇ, ਅਸੀਂ ਛੱਡ ਕੇ ਕਰੀਦੀ ਹੈਗੀ। ਖੱਤਰੀ ਜਿਹੜੇ ਨੇ ਗੁੰਮਰਾਹ ਕਰਦੇ ਨੇ, ਤੁਹਾਨੂੰ ਆਪ ਨਹੀਂ ਗੁੰਮਰਾਹ ਹੁੰਦੇ, ਆਪ ਜਿਹੜੇ ਖੱਤਰੀ ਹੈਗੇ ਇਹ ਬਣੇ। ਜਦੋਂ ਮੁਹੰਮਦਨ ਬਣੇ ਤਾਂ ਸ਼ੇਖ ਕਰਾਉਣ ਲੱਗੇ, ਅਤੇ ਉੱਧਰ ਬਣੇ ਤਾਂ ਕਸ਼ਮੀਰ ਵੱਲ ਬਣੇ ਤਾਂ ਬੱਟ ਕਲਾਉਣ ਲੱਗ ਪਏ। ਅਤੇ ਇਹਨਾਂ ਨੂੰ ਬਥੇਰੀ ਲੋਕਾਂ ਨੇ ਲੱਖ ਨਾਂ ਦੇ ਪਾਏ। ਜਿਸ ਸੂਰ ਦਾ ਕੁਛ ਨਾ ਬਣੇ ਉਹਦਾ ਬਣੇ ਖੇਸ, ਜਿਹਦੀ ਕੋਈ ਜਾਤ ਨਾ ਹੋ ਸ਼ੇਖ। ਅਤੇ ਕਹਿੰਦੇ ਸ਼ੇਖ ਔਰ ਸ਼ੈਤਾਨ ਕਾ ਰੁਤਬਾ ਏਕ ਹੈ, ਔਰ ਸ਼ੈਤਾਨ ਸ਼ੇਖ ਸੇ ਕਦਰੇ ਨੇਕ ਹੈ। ਆਹ ਜਿਹੜਾ ਸ਼ੈਤਾਨ ਹੈਗਾ ਨਾ, ਆਹ ਕੰਜਰੀ ਦੇ ਪੇੜ 'ਚ ਪੈਦਾ ਹੋਇਆ ਨਾ, ਇਹ ਜਿਹੜਾ ਸ਼ੈਤਾਨ ਹੈਗਾ ਇਹ ਇਹਨਾਂ ਹਰਾਮੀਆਂ ਨਾਲੋਂ ਨੇਕ ਹੈਗਾ, ਇਹ ਸ਼ੇਖ ਹੈਗਾ। ਅਤੇ ਜਦੋਂ ਫਿਰ ਮਜ਼ਹਬ ਦੇ ਨਾਂ 'ਤੇ ਇਹ ਫਿਰ ਆ ਗਿਆ, ਜਿਹੜੀਆਂ ਪੋਲੀਟੀਕਲ ਪਾਰਟੀਆਂ ਲੇਬਰ, ਗ੍ਰੀਨ, ਕੰਜ਼ਰਵੇਟਿਵ, ਲਿਬਰਲ, ਇਹਨਾਂ ਦਾ ਕੌਮਾਂ ਦੇ ਨਾਲ ਤਾਂ ਕੋਈ ਤੁਲਕ ਹੀ ਨਹੀਂ ਹੈਗਾ। ਪੋਲੀਟਿਕਸ ਜਿਹੜੀ ਕੌਮਾਂ ਦੀ ਹੈਗੀ, ਕੌਮਾਂ ਦੇ ਘਰ ਹੁੰਦੇ ਨੇ। ਜਿਵੇਂ ਅਫਗਾਨਿਸਤਾਨ ਅਫਗਾਨ ਕੌਮ ਦਾ ਘਰ ਹੈਗਾ, ਮੁਸਲਮਾਨਾਂ ਦਾ ਨਹੀਂ ਘਰ ਹੈਗਾ। ਬਲੋਚਿਸਤਾਨ ਬਲੋਚ ਕੌਮ ਦਾ ਘਰ ਹੈਗਾ, ਜੇ ਘਰ ਬਲੋਚ ਕੌਮ ਦਾ ਹੈਗਾ ਤਾਂ ਬਲੋਚ ਕੌਮ ਦੇ ਲੋਕਾਂ ਨੇ ਪੋਲੀਟਿਕਸ ਵਿੱਚ ਹਿੱਸਾ ਲੈਣਾ, ਹੋਰ ਤਾਂ ਨਹੀਂ ਕੋਈ ਲੈ ਸਕਦਾ। ਇਸ ਕਰਕੇ ਇਹ ਜਿਹੜੀ ਹੈਗੇ ਪੋਲੀਟਿਕਸ ਹੈਗੀ ਕੌਮਾਂ ਦੀ ਹੈਗੀ, ਇਹ ਜਿਹੜੇ ਗ੍ਰੀਨ ਪਾਰਟੀ ਬਣਾਉਂਦੇ ਉਹਨਾਂ ਦਾ ਨਹੀਂ ਹੈਗਾ, ਉਹ ਸ਼ੈਤਾਨ ਇਹ ਹੈਗੇ ਨੇ ਜਿਹੜੇ ਇੱਥੇ ਹੈਗੇ ਨੇ, ਅਲਜਮਾਰ ਅਲਕੁਬਰਾ ਕਹਿੰਦੇ ਇਹਨਾਂ ਨੂੰ। ਜਿੱਦਾਂ ਕਮਿਊਨਿਸਟ ਪਾਰਟੀ ਹੋਈ, ਕਾਂਗਰਸ ਹੋਈ, ਅਕਾਲੀ ਹੋਏ, ਇਹ ਸਾਰੇ ਪਿੰਡਰਾਂ ਵਾਲੇ ਨੇ ਕਿੰਨੇ ਮਗਰ ਲਾਏ ਸੀ, ਇਹ ਸ਼ੈਤਾਨ ਸੀ ਨਾ, ਆਹ ਸ਼ੈਤਾਨ ਸੀ ਪਿੰਡਰਾਂ ਵਾਲਾ। ਜਿਹੜੇ ਮਜ਼ਹਬ ਦੇ ਨਾਂ 'ਤੇ ਭੜਕਾਉਂਦੇ ਨਾ ਲੋਕਾਂ ਨੂੰ, ਉਹ ਜ਼ਿਆਦਾ ਖਤਰਨਾਕ ਹੈਗੇ ਨੇ। ਅਤੇ ਇਸ ਕਰਕੇ ਇਹ ਜਿਹੜਾ ਹੈਗਾ ਬਹੁਤ ਸ਼ੈਤਾਨ ਖਤਰਨਾਕ ਹੈਗਾ, ਇਹ ਦੁਨੀਆਂ 'ਚ ਹੁਣ ਤਫਾਈ ਤਬਾਹੀ ਮਚਾ ਰਿਹਾ ਹੈਗਾ। ਅਤੇ ਇਹ ਹੁੰਦਾ ਸੀ ਇੱਕ, ਇਹ ਦੋਨੋਂ ਜਿਹੜੇ ਨਾ, ਇੱਕ ਅਤੇ ਆਹ ਅਤੇ ਇਹ ਦੋਨੋਂ, ਇਹ ਸੀਗੇ ਇੱਕ ਛੋਟੀ ਜਿਹੀ ਪਹਾੜੀ ਸੀਗੀ, ਉਹਦੇ ਉੱਤੇ ਚੁੱਕਿਆ ਦਿਖਾਉਂਦੇ ਸੀਗੇ ਸ਼ੈਤਾਨ ਨੂੰ। ਹੁਣ ਇਹਨਾਂ ਨੇ ਉਹ ਜਿਹੜਾ ਮੌਲੀ ਵਗੈਰਾ ਸ਼ੈਤਾਨਾਂ ਦੇ ਪੁੱਤਰ ਹੈਗੇ ਨਾ, ਇਹਨਾਂ ਨੇ ਫਿਰ ਉਹਨੂੰ ਪਹਾੜੀ ਜਿਹੜੀ ਸੀ ਉਹ ਢਾਹ ਢੂਹ ਦਿੱਤੀ, ਅਤੇ ਉਹਨੂੰ ਬੁੱਤ ਬਣਾ ਦਿੱਤਾ, ਜਿੱਦਾਂ ਆਹ ਬੁੱਤ ਹੈਗੇ ਨੇ ਦੂਜੇ, ਇੱਦਾਂ ਦੇ ਬੁੱਤ ਬਣਾ ਦਿੱਤਾ ਉਹਦਾ ਵੀ। ਉਹਦੀ ਅਹਿਮੀਅਤ ਜਿਹੜੀ ਸੀ ਉਹ ਜਾਂਦੀ ਰਹੀ, ਕਿਉਂ ਉਹ ਤਾਂ ਹੈਗਾ ਇੰਨਾ ਫਨੈਟਿਕ ਦੇ ਸਿਰ 'ਤੇ ਉਹ ਜੀਂਦਾ ਹੈਗਾ, ਜਿੱਦਾਂ ਭਿੰਡਰਾਂ ਵਾਲਾ ਸੀਗਾ, ਕਿੰਨੇ ਉਹਦੇ ਨਾਲ ਮਰੇ ਫਨੈਟਿਕ। ਅਤੇ ਇਜਿਪਟ ਦਾ ਜਿਹੜਾ ਮੋਰਸੀ ਸੀਗਾ ਉਹ ਵੀ ਇਹ ਸ਼ੈਤਾਨ ਸੀ ਨਾ, ਅਤੇ ਉਹਨੇ ਕਿੰਨੇ ਮਰਵਾਏ ਮਗਰ। ਪਰ ਇਜਿਪਟ ਵਿੱਚ ਉਹਨਾਂ ਦਾ ਕੌਮ ਦਾ ਜਿਹੜਾ ਹੈਗਾ ਜ਼ਿਆਦਾ ਹੈਗਾ ਉਹਦੇ 'ਚ ਇੰਸਟਿੰਕਟ, ਯਾਨੀ ਕਿ ਜਿੱਦਾਂ ਹੈਗਾ ਨਾ ਕਾਬਿਸਤਾਨ ਹੋਇਆ, ਚਿਚਨੀਆ ਹੋਇਆ, ਉਹਦੇ 'ਚ ਲੋਕਾਂ ਦਾ ਕੌਮ ਦਾ ਜਿਹੜਾ ਸੀਗਾ ਅਹਿਸਾਸ ਜ਼ਿਆਦਾ ਸੀਗਾ, ਕੌਮ ਦਾ ਅਹਿਸਾਸ ਜ਼ਿਆਦਾ ਹੋਣ ਕਰਕੇ ਉੱਥੇ ਇਹਨਾਂ ਨੇ ਜਿਹੜੇ ਮੁਹੰਮਦਨ ਗਏ ਸੀ, ਇਹ ਜਿਹੜੇ ਮੌਲਵੀ ਹੈਗੇ ਨਾ ਮੁੱਲਾ ਜਿਹੇ ਬਣੇ ਹੋਏ ਨੇ, ਇਹ ਬਹੁਤੇ ਕਸ਼ਮੀਰ ਦੇ ਹੈਗੇ ਨੇ ਮੌਲਵੀ, ਸ਼ੈਤਾਨ ਖੱਤਰੀ। ਅਤੇ ਉਹ ਜਿਹੜੇ ਮੌਲਵੀ ਬਣੇ ਸੀ ਨਾ, ਉਹਨਾਂ ਦੀ ਨਹੀਂ ਚੱਲਣ ਦਿੱਤੀ ਉਹਨਾਂ ਨੇ, ਅਤੇ ਲੋਕਲ ਆਦਮੀਆਂ ਨੇ ਵੀ ਉਹਨਾਂ ਨੂੰ ਚੰਗਾ ਮਾਰਿਆ, ਅਤੇ ਬਾਕੀ ਰਸ਼ੀਆ ਨੇ ਵੀ ਮਾਰਿਆ ਉਹਨਾਂ ਨੂੰ, ਅਤੇ ਉਹ ਜਿਹੜਾ ਸ਼ੈਤਾਨ ਦਾ ਜਿਹੜਾ ਸਿਰ ਕੁਚਲਦੇ ਨੇ। ਅਤੇ ਇਸ ਕਰਕੇ ਜਿਹੜਾ ਕਲਯੁਗ ਦਾ ਅਖੀਰ ਹੈਗਾ ਹੁਣ, ਅਤੇ ਸਾਰੀਆਂ ਸਾਰੇ ਭਗਤਾਂ ਨੇ ਆਪਣੀ ਕੌਮ ਦੱਸੀ, ਭਗਤ ਧੰਨਾ ਜੱਟ ਸੀਗਾ, ਧਾਲੀਵਾਲ ਜੱਟ ਸੀਗਾ, ਨਾਮਦੇਵ ਛਿੰਬਾ ਸੀਗਾ, ਭਗਤ ਕਬੀਰ ਜੀ ਜੁਲਾਹੇ, ਰਵਿਦਾਸ ਜੀ ਚਮਾਰ, ਕਿਸੇ ਨੇ ਆਪਣੀ ਜਾਤ ਨਹੀਂ ਲੁਕੋਈ, ਸਪਸ਼ਟ ਕੀਤੀ ਹੈਗੀ, ਯਾਨੀ ਕਿ ਆਹ ਕੱਚਾ ਪਿਓ ਹੈਗਾ ਨਾ, ਨੈਚੁਰਲ ਇਹਨੂੰ ਕਹਿੰਦੇ, ਨੈਚੁਰਲ ਇਹ ਨੈਚੁਰਲ ਸੈਲਫ ਹੈਗਾ ਨਾ, ਕੱਚਾ ਪਿਓ ਹੈਗਾ,
ਜਿੰਨਾ ਚਿਰ ਇਹ ਬ੍ਰਹਮ ਕੇ ਬੇਟੇ ਕਹੀਦਾ, ਜਦੋਂ ਇਹਦੇ ਬਣ ਜਾਈਏ ਤਾਂ। ਜਦੋਂ ਮੈਂ ਆਪਣੀ ਕਹਿੰਦਾ ਮੇਰੀ ਕੌਮ ਜੱਟੇਗੀ, ਮੈਂ ਬ੍ਰਹਮ ਕਾ ਬੇਟਾ ਬਣ ਗਿਆ, ਬ੍ਰਹਮ ਕੇ ਬੇਟੇ ਸ਼ਬਦ ਪਛਾਤਾ, ਫਿਰ ਆਪਣੇ ਜੇ ਕੱਚੇ ਪਿਓ ਦਾ ਬਣੇਗਾ, ਜੇ ਕੱਚੀ ਇੱਟ ਹੋਏਗੀ ਤਦੇ ਉਹਨੂੰ ਭੱਠੇ 'ਚ ਪਾਓਗੇ ਤਾਂ ਪੱਕੀ ਬਣੂਗੀ, ਭੱਠੀ ਹੈਗੀ ਨਾਮ ਦੀ, ਅਤੇ ਨਾਮ ਦੀ ਭੱਠੀ ਤਦੇ ਪਾਓਗੇ ਜੇ ਆ ਕੱਚੀ ਇੱਟ ਹੋਏਗੀ, ਜੇ ਕੱਚੀ ਇੱਟ ਹੀ ਇਹਨੇ ਤਾਂ ਪਾਓਗੇ ਕੀ ਵਿੱਚ। ਅਤੇ ਇਸ ਕਰਕੇ ਹੈਗਾ ਬ੍ਰਹਮ ਕੇ ਬੇਟੇ ਸ਼ਬਦ ਪਛਾਤਾ, ਜਿਹੜੇ ਬ੍ਰਹਮ ਕੇ ਬੇਟੇ ਨੇ, ਆ ਜਿਹੜੀ ਸਾਰੀ ਸ੍ਰਿਸ਼ਟੀ ਨਜ਼ਰ ਆਉਂਦੀ, ਦੋ ਅੱਖਾਂ ਨਾਲ ਨਜ਼ਰ ਆਉਂਦੀ, ਇਹ ਸਾਰੀ ਬ੍ਰਹਮ ਦੀ ਹੈਗੀ। ਅਤੇ ਲਾਰਡ ਕ੍ਰਿਸ਼ਨਾ ਜਿਹੜਾ ਸੀਗਾ ਉਹ ਸ਼ਿਵ ਦਾ ਅਵਤਾਰ ਸੀਗਾ, ਇਹ ਸਾਰੀ ਜਿਹੜੀ ਸ੍ਰਿਸ਼ਟੀ ਹੈਗੀ ਸ਼ਿਵ ਦੇ ਅੰਡਰ ਹੈਗੀ। ਤਦੇ ਉਹਨੇ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਰਜਨ ਨੂੰ ਦਿਖਾ ਤਾ, ਇਹ ਸਾਰੀ ਦੁਨੀਆ ਮੇਰੇ ਮੂੰਹ 'ਚ ਹੈਗੀ, ਮੈਂ ਉਹਦਾ ਹੈਗਾ ਲੋਰਡ ਹੈਗਾ। ਤਦ ਫਿਰ ਅਰਜਨ ਨੇ ਚੱਕ ਕੇ ਤਾਂ ਆਪਣੇ ਲੜੇ ਆ, ਨਹੀਂ ਤਾਂ ਕਹਿੰਦਾ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਮਾਰਨਾ। ਅਤੇ ਆਪਣੇ ਜਦੋਂ ਪਾਰਟੀਸ਼ਨ ਹੋਈ, ਜੱਟਾਂ ਨੇ ਜੱਟਾਂ ਨੂੰ ਮਾਰਿਆ, ਜਦੋਂ ਇੰਡੀਆ ਪਾਕ ਦੀ ਲੜਾਈ ਹੁੰਦੀ ਹੈਗੀ ਜੱਟ ਇੱਕ ਦੂਏ ਨੂੰ ਮਾਰਦੇ ਨੇ ਅਤੇ ਪਛਾਣਦੇ ਨਹੀਂ ਹੈਗੇ, ਅੰਨੇ ਹੈਗੇ ਨੇ ਮਨ ਦੇ ਅੰਨੇ। ਜਿਹੜਾ ਜੇ ਸ਼ਬਦ ਇਹਨਾਂ ਨੇ ਸਿੱਖਣਾ ਹੈਗਾ ਤਾਂ ਫਿਰ ਪਹਿਲਾਂ ਬ੍ਰਹਮ ਕੇ ਬੇਟੇ ਬਣੋ, ਬ੍ਰਹਮ ਕੇ ਆਪਣੇ ਕੌਮਾਂ ਦੇ। ਜਿੱਦਾਂ ਮੈਂ ਕਹਿੰਦਾ ਮੈਂ ਪੰਡੋਰੀ ਨਿਜਰਾਂ ਦਾ ਜੱਟ ਹੈਗਾ, ਜਾਤੀ ਅਤੇ ਬਾਸੀ ਦੱਸਣ ਨਾਲ ਮੈਂ ਹਿੰਦੂ ਬਣ ਜਾਂਦਾ। ਹਿੰਦੂ ਉਹ ਹੁੰਦਾ ਜਿਹਨੂੰ ਆਪਣੀ ਹੋਂਦ ਪਤਾ ਹੋਵੇ ਵੀ ਕੌਣ ਹੁੰਦਾ ਤੂੰ। ਜਦੋਂ ਮੈਂ ਕਹਿ ਦੇਣਾ ਨਿੱਜਰ ਜੱਟ ਹੈਗਾ ਪੰਡੋਰੀ ਨਿੱਜਰਾਂ ਦਾ, ਮੇਰੀ ਜਾਤੀ ਅਤੇ ਬਾਸੀ ਅਸਟੈਬਲਿਸ਼ ਹੋ ਜਾਂਦੀ ਹੈਗੀ ਅਤੇ ਮੈਂ ਹਿੰਦੂ ਬਣ ਜਾਂਦਾ। ਹਿੰਦੂ ਜਿਹੜਾ ਇਹ ਪਹਿਲਾ ਪੰਥ ਹੈਗਾ ਹਿੰਦੂ, ਆ ਜਿਸਮ ਦਾ ਲੱਗਦਾ ਜਿਹੜਾ ਮਨ ਜਿਹੜਾ ਹੈਗਾ, ਮਨ ਨੂੰ ਜਦੋਂ ਤੁਸੀਂ ਪਾਕ ਕਰਨਾ ਹੈਗਾ, ਸਾਫ ਕਰਨਾ ਬਾਣੀ ਨਾਲ, ਇਹ ਹੈਗਾ ਸਾਬਣ ਨਾਲ ਧੋਤਾ ਜਾਂਦਾ ਹੈਗਾ। ਮਨ ਜਿਹੜਾ ਹੈਗਾ ਨਾਵੇ ਨਾਲ ਧੋਤਾ ਜਾਂਦਾ। ਜਦੋਂ ਮਨ ਧੋਤਾ ਗਿਆ ਬਾਣੀ ਨਾਲ ਤਾਂ ਤੁਹਾਡਾ ਤਨ ਅਤੇ ਮਨ ਨਿਰਮਲ ਹੋ ਜਾਂਦਾ, ਖਾਲਸ ਹੋ ਜਾਂਦੇ ਤੁਸੀਂ। ਜਦੋਂ ਖਾਲਸ ਹੋ ਗਿਆ ਤਾਂ ਉਹ ਫਿਰ ਤੀਜੇ ਪੰਥੇ 'ਚ ਜਾ ਸਕਦੇ ਨੇ, ਖਾਲਸਾ ਬਣ ਸਕਦੇ ਨੇ। ਜੇ ਤੁਹਾਡਾ ਮਨ ਹਰਾਮੀ ਹੈਗਾ ਤੁਸੀਂ ਨਹੀਂ ਉੱਥੇ ਜਾ ਸਕਦੇ। ਅਤੇ ਇਸ ਕਰਕੇ ਉਹਨਾਂ ਨੇ ਪੰਜਾਂ ਦੇ ਸਿਰ ਸਟੇਜ 'ਤੇ ਲਾਏ ਸੀਗੇ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਨੇ। ਅਤੇ ਫਿਰ ਉਹਨਾਂ ਨੇ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਉਠਾਇਆ ਸੀਗਾ ਅਤੇ ਫਿਰ ਉਹਨਾਂ ਨੇ ਆਪ ਉਹਨਾਂ ਤੋਂ ਅੰਮ੍ਰਿਤ ਛਕਿਆ ਸੀ। ਕਿ ਜਿਹੜੇ ਪੁੱਤਰ ਅਤੇ ਪੁੱਤਰ ਅਤੇ ਪਿਓ 'ਚ ਕੋਈ ਫਰਕ ਨਹੀਂ, ਪੁੱਤਰ ਜਿਹੜਾ ਹੁੰਦਾ ਰੀਪ੍ਰਜੈਂਟ ਕਰਦਾ ਹੈਗਾ ਆਪਣੇ ਪਿਓ ਨੂੰ ਵੀ ਮੈਂ ਫਲਾਨੇ ਦਾ ਪੁੱਤਰ ਹੈਗਾ। ਇਹ ਅੰਬੈਸਡਰ ਹੁੰਦਾ ਇਨ ਚੀਫ, ਅੰਬੈਸਡਰ ਇਨ ਚੀਫ। ਅਤੇ ਇਸ ਕਰਕੇ ਇਹਨਾਂ ਨੇ ਫਿਰ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਨੇ ਪੁੱਤਰਾਂ ਤੋਂ ਅੰਮ੍ਰਿਤ ਛਕਿਆ ਸੀਗਾ। ਅਤੇ ਮਹਾਂਦੇਵਨ ਜਿਹੜੀ ਸੀਗੀ ਉਹਨੂੰ ਕਹਿੰਦੇ ਹੋਲੀ ਸਪਿਰਿਟ, ਉਹ ਮਾਂ ਹੈਗੀ ਇਹਨਾਂ ਦੀ, ਸੁਰਤੀ ਵਾਲੀ, ਸੁਰਤੀ ਦੇਣ ਵਾਲੀ, ਉਹਨਾਂ ਨੂੰ ਪੈਗਾਮ ਦੇਣ ਵਾਲੀ। ਜਿਹੜਾ ਗੋਡ ਹੈਗਾ ਉਹ ਖੁਦ ਨਹੀਂ ਬੋਲਦਾ, ਉਹਦਾ ਜਿਹੜਾ ਮੂੰਹ ਹੈਗਾ ਜਾਂ ਉਹ ਹੈਗੀ ਹੋਲੀ ਸਪਿਰਿਟ ਕੈਪੀਟਲ ਐਸ ਨਾਲ। ਇਸ ਕਰਕੇ ਮਹਾਂਦੇਵਨ ਜਿਹੜੀ ਸੀਗੀ ਉਹ ਸ਼ਕਤੀ ਸੀਗੀ ਆਪਣੇ ਅਕਾਲ ਪੁਰਖ ਦੀ ਜਾਂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦੀ। ਇਸ ਕਰਕੇ ਉਹਨਾਂ ਨੇ ਵਿਆਹ ਨਹੀਂ ਸੀ ਕੀਤਾ, ਵਿਆਹ ਕੀਤਾ ਸੀਗਾ ਪਰ ਉਹ ਬੱਚਾ ਨਹੀਂ ਪੈਦਾ ਹੋਇਆ। ਕਿਉਂ? ਜਿਹੜਾ ਰੂਹਾਨੀ ਹੁੰਦਾ ਆਦਮੀ, ਜਦੋਂ ਰੂਹਾਨੀ ਪੁੱਤਰ ਬਣਦਾ ਨਾ ਉਦੋਂ ਉਹ ਨਿਆਰਾ ਰਹਿੰਦਾ ਹੈਗਾ। ਕਿਉਂ? ਜਿਹੜੇ ਆਦਮੀ ਨਿਆਰੇ ਨਹੀਂ ਹੁੰਦੇ ਨਾ ਉਹਨਾਂ ਨੂੰ ਕਹਿੰਦੇ ਅਕੀਜਾ। ਉਹ ਫਿਰ ਉਹ ਆਦਮੀ ਹੁੰਦੇ ਜਿੱਦਾਂ ਕੋਈ ਮਾਂ ਪਿਓ ਕਹਿੰਦਾ ਹੈਗਾ ਉੱਦਾਂ ਹੀ ਕਰੀ ਜਾਂਦੇ ਨੇ, ਮਾਸਟਰ ਕਹਿੰਦਾ ਜੋ ਉੱਦਾਂ ਹੀ ਕਰੀ ਜਾਂਦੇ ਨੇ। ਉਹ ਹੁੰਦੇ ਬੱਚੇ, ਨੈਚੁਰਲ ਬੋਇਸ। ਉਹਨਾਂ ਨੂੰ ਪੰਡਿਤ ਜਿਹੜਾ ਹੈਗਾ ਉਹ ਸਬਕ ਦੇ ਕੇ ਤਾਂ ਉਹਨਾਂ ਨੂੰ ਜਿਹੜੇ ਹੈਗੇ ਨੇ ਨਾ
moral law de ke ਉਹਨਾਂ ਨੂੰ ਫਿਰ ਕਹਿੰਦਾ ਵੀ ਇੱਦਾਂ ਬਿਹੇਵ ਕਰਨਾ ਹੈਗਾ ਨੈਚੁਰਲ ਬੋਇਜ਼ ਨੂੰ ਜਦੋਂ ਉਹ ਬਿਹੇਵ ਕਰਨਗੇ ਜਿੱਦਾਂ ਉਹ ਕਹਿੰਦਾ ਫਿਰ ਉਹ ਹੈਵਨ ਬਣ ਜਾਂਦਾ ਇੱਥੇ ਅਰਥ 'ਤੇ ਜੇ ਨਾ ਕਰਨਗੇ ਫਿਰ ਹੈਲ ਜਿੱਦਾਂ ਅੱਜ ਅੱਜ ਕੱਲ੍ਹ ਹੋ ਰਿਹਾ ਹੈਗਾ ਉਹ ਸਾਰੇ ਜਿਹੜੇ ਉਹਨਾਂ ਨੇ ਕੌਮਾਂ ਆਪਣੀਆਂ ਭੁੱਲ ਗਏ ਨੇ ਮੁਸਲਮਾਨ ਕੋਈ ਕਹਿੰਦਾ ਕੋਈ ਸ਼ੀਆ ਕੋਈ ਕਹਿੰਦਾ ਸੁੰਨੀ ਕਹਿੰਦਾ ਹੈਗਾ ਉਹ ਜਿਹੜਾ ਸ਼ੀਆ ਸੁੰਨੀ ਜਦੋਂ ਬਣ ਗਿਆ ਜਿਸਮ ਦੇ ਉਹਦਾ ਪਿਓ ਨੇ ਜੁੱਤੀ ਜੁੱਤਾ ਖੋਲ ਲਿਆ ਕਹਿੰਦਾ ਚਲੋ ਨਿਕਲੋ ਬਾਹਰ ਇੱਥੋਂ ਮੇਰੇ ਘਰੋਂ ਇਹਦਾ ਕਬੀਲੇ ਦਾ ਘਰ ਹੈਗਾ ਕੌਮ ਦਾ ਘਰ ਹੈਗਾ ਇਹ ਕੋਈ ਮੁਸਲਮਾਨ ਅਤੇ ਸ਼ੀਆ ਸੁੰਨੀ ਦਾ ਨਹੀਂ ਹੈਗਾ ਅਤੇ ਤੁਰੇ ਫਿਰਦੇ ਨਾ ਰਿਫਿਊਜੀ ਬਣ ਕੇ ਇੱਦਾਂ ਇੰਡੀਆ 'ਚ ਤੁਰੇ ਸੀਗੇ ਨਾ ਫਾਦਰ ਨੇ ਕਿਹਾ ਸੀ ਉਹ ਤੁਸੀਂ ਨਵੇਂ ਪਿਓ ਬਣਾ ਲਿਆ ਹੁਣ ਨਵੇਂ ਘਰ ਵੀ ਢੂੰਡ ਲਓ ਅਤੇ ਫਿਰ ਰਿਫਿਊਜੀ ਬਣ ਕੇ ਆ ਗਿਆ ਸੀ ਪਾਕਿਸਤਾਨ ਤੋਂ ਇੰਡੀਆ ਅਤੇ ਇਹ ਹਾਲ ਹੈਗਾ ਬਾਣੀ ਬਿਲਕੁਲ ਆਸਾਨ ਹੈਗੀ ਅਤੇ ਤੁਸੀਂ ਸੁਰਤੀ ਨਾ ਖੁਦ ਸਮਝ ਨਹੀਂ ਹੈਗੀ ਕਿਸੇ ਨੇ ਨਹੀਂ ਤੁਹਾਡੇ ਮੂੰਹ 'ਚ ਪਾ ਕੇ ਦੇਣੀ ਫਿਰ ਸਤਿਗੁਰੂ ਜੀ ਜੀ ਜਿਹੜਾ ਕਿ ਪਹਿਲਾ ਸਤਿਗੁਰੂ ਆਇਆ ਸੀਗਾ ਸਤਿਗੁਰੂ ਨੂੰ ਕ੍ਰਾਈਸਟ ਕਹੀਦਾ ਹੈਗਾ ਜਿਹੜਾ ਪਹਿਲਾ ਸਤਿਗੁਰੂ ਦੁਨੀਆ 'ਚ ਆਇਆ ਉਹਨੇ ਉਹ ਵੀ ਕਹਿ ਗਿਆ ਹੈਗਾ ਕਿ ਐਵਰੀ ਪਲਾਂਟ ਦਾ ਮਤਲਬ ਹਰ ਇੱਕ ਆਦਮੀ ਐਵਰੀ ਪਲਾਂਟ ਵਿੱਚ ਮਾਈ ਹੈਵਨਲੀ ਫਾਦਰ ਹੈਵਨਲੀ ਫਾਦਰ ਜਿਹੜਾ ਹੈਗਾ ਜੀਜੇ ਦਾ ਉਹ ਹੈਗਾ ਯਾਵੇ ਬ੍ਰਹਮਾ ਉਹਦਾ ਨਾਂ ਸੀਗਾ ਹੀਬਰੂ 'ਚ ਹੈਗਾ ਯਸ਼ਵਾ ਨਾਂ ਹੈਗਾ ਯਸ਼ਵਾ ਦੋ ਅਰਥਾਂ ਦਾ ਹੈਗਾ ਯਾ ਫਰਮ ਯਾਵੇ ਅਤੇ ਸ਼ੋਆ ਦਾ ਮਤਲਬ ਹੁੰਦਾ ਜਾਂ ਸ਼ਿਵਾ ਦਾ ਮਤਲਬ ਹੁੰਦਾ ਪ੍ਰਾਈਮਲ ਐਡਮ ਪਹਿਲਾ ਆਦਮੀ ਇਸ ਕਰਕੇ ਜੀਜੇ ਸੈਕਿੰਡ ਐਡਮ ਸੀਗਾ ਮੇਰੀ ਸਰੋਗੇਟ ਮਦਰ ਸੀਗੀ ਅਤੇ ਜੋਸਫ ਫੋਸਟਰ ਫਾਦਰ ਸੀਗਾ ਅਤੇ ਇਹ ਤੁਹਾਨੂੰ ਆਪ ਡੂੰਘ ਸੋਚਣੀ ਪੈਣੀ ਅਤੇ ਕਿਸੇ ਦੇ ਮਗਰ ਲੱਗੋਗੇ ਤਾਂ ਅੰਨਾ ਲੱਗਦਾ ਮਗਰ ਇਸ ਕਰਕੇ ਖਾਲਸਾ ਅੰਨਾ ਨਹੀਂ ਹੁੰਦਾ ਇਸ ਕਰਕੇ ਜਦੋਂ ਉਹਨਾਂ ਦਾ ਵਿਆਹ ਹੋਇਆ ਸੀਗਾ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਦਾ ਮਹਾਂਦੇਵਨ ਨਾਲ ਉਹਨਾਂ ਨੇ ਗ੍ਰਸਤ ਨਹੀਂ ਸੀ ਕੀਤਾ ਉਹਨਾਂ ਦੇ ਪੁੱਤਰ ਖਾਲਸੇ ਜਿਹੜੇ ਨੇ ਉਹਨਾਂ ਦੀ ਰੋਸ਼ਨੀ ਹੈਗੀ ਉਹਨਾਂ ਦਾ ਨੂਰ ਹੈਗਾ ਜਿੱਦਾਂ ਉਹ ਕਹਿੰਦੇ ਉਹਨਾਂ ਉਹ ਕਰਦੇ ਨੇ ਅਤੇ ਉਹਨਾਂ ਨੂੰ ਉਹ ਗਲੋਰੀਫਾਈ ਕਰਦੇ ਅਕਾਲ ਪੁਰਖ ਨੂੰ ਤਦੇ ਕਹਿੰਦੇ ਬੋਲੇ ਸੋ ਨਿਹਾਲ ਜਾਂ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਗੀ ਖਾਲਸਾ ਕੋਈ ਦੁਨਿਆਵੀ ਫੌਜ ਨਹੀਂ ਹੈਗਾ ਕੋਈ ਕਿਸੇ ਸਰਕਾਰ ਦੀ ਫੌਜ ਨਹੀਂ ਹੈਗੀ ਅਤੇ ਜਦੋਂ ਖਾਲਿਸਤਾਨ ਬਣ ਗਿਆ ਉਦੋਂ ਤਾਂ ਫਿਰ ਤੁਸੀਂ ਬਣ ਜਾਓਗੇ ਨਾ ਉਹਦੀ ਫੌਜ ਸਰਕਾਰ ਦੀ ਫਿਰ ਤਾਂ ਤੁਸੀਂ ਗਧੇ ਖਾਲਸੇ ਬਣ ਗਏ ਨਾ ਅਤੇ ਇਹ ਗਧਿਆਲੀ ਹੋਈ ਸੀ ਨਾ ਜਦ 1984 'ਚ ਭਿੰਡਰਾਂ ਦਾ ਜਿਹੜਾ ਸੀ ਕੂੜ ਬੋਲਦਾ ਸੀ ਨਾ ਉਹ ਸਿੱਖ ਸੀ ਨਾ ਉਹ ਖਾਲਸਾ ਸੀਗਾ ਸਿੱਖ ਹੁੰਦਾ ਜਿਹਨ ਕੋਈ ਸਿੱਖ ਨਾ ਹੋਵੇ ਸਿੱਖਣਾ ਨਿਮਰਤਾ ਨਾਲ ਸਿੱਖੀ ਦਾ ਹੈਗਾ ਇਸੇ ਕਰਕੇ ਸਤਿਗੁਰੂ ਨਾਨਕ ਜੀ ਕਹਿੰਦੇ ਭਗਤ ਆਪਣੇ ਬਾਬਾ ਫਰੀਦ ਜੀ ਵੀ ਕਹਿੰਦੇ ਜੇ ਕੋਈ ਚਪੇੜੇ ਇੱਕ ਮਾਰੇ ਤਾਂ ਦੂਜੀ ਗੱਲ ਕਰੋ ਉਹਨੂੰ ਵਾਪਸ ਨਹੀਂ ਮੁੱਕਾ ਮਾਰਨਾ ਇਸ ਕਰਕੇ ਜਿਹੜਾ ਹੁੰਦਾ ਸਿੱਖ ਜਾਂ ਜਿਹੜਾ ਕ੍ਰਿਸਚੈਨਿਟੀ 'ਚ ਹੈਗਾ ਕ੍ਰਾਈਸਟ ਹੈਗਾ ਨਾ ਜਾਂ ਸਿੱਖ ਜਾਂ ਉਹਨੂੰ ਕਹਿੰਦੇ ਤਲਮੋਦੀਮ ਤਲਮੋਦੀਮ ਜਿਹੜਾ ਹੈਗਾ ਉਹ ਜਿਹੜਾ ਸਿੱਖਦਾ ਹੈਗਾ ਇਲਮ ਲੈਂਦਾ ਹੈਗਾ ਉਹ ਵੀ ਕਹਿੰਦੇ ਵੀ ਜੇ ਕੋਈ ਚਪੇੜ ਇੱਕ ਗੱਲ 'ਤੇ ਮਰੇ ਤਾਂ ਦੂਜੀ ਗੱਲ ਕਰੋ ਇਹ ਹੈਗਾ ਨਾ ਆਪਣੇ ਜਿਹੜਾ ਮਨੋਰਾ 6 ਹੈਗੀਆਂ ਇੱਥੇ ਇਹਦੀਆਂ ਕੈਂਡਲ 3 ਇੱਕ ਪਾਸੇ 3 ਇੱਕ ਪਾਸੇ ਅਤੇ ਹੋਲੀ ਅਤੇ ਈਵਲ 6 ਅਤੇ ਇਸੇ ਕਰਕੇ ਇਹ ਟ੍ਰਾਇੰਗਲ ਹੈਗੀਆਂ ਅਪੋਜ਼ਿਟ ਹੈਗੀਆਂ ਇੱਕ ਦੂਜੇ ਦੇ ਉੱਪਰ ਡੇਵਿਡਸ ਕ੍ਰੋਸ ਕਹਿੰਦੇ ਇਹ ਹੈਗਾ ਵਰਕਸ ਦਾ 6 ਖੱਟ ਇਹ 6 ਖੱਟ ਹੈਗਾ ਆਹ ਜਿਹੜੀ ਲੋਅ ਹੈਗੀ ਜਿਹੜੀ ਆਦਮੀ ਨੂੰ ਜਿੰਦਾ ਰੱਖਦੀ ਹੈ ਨਾ ਇਹ ਹੈਗੀ ਅਕਾਲ ਪੁਰਖ ਦੀ ਇਹ ਉਹਦੀ ਬੱਤੀ ਹੈਗੀ ਅਕਾਲ ਪੁਰਖ ਦੀ ਕਪੜੇ ਉਹਦਾ ਜਿਹੜਾ ਰਿਪ੍ਰਜੈਂਟੇਟਿਵ ਹੁੰਦਾ ਉਹ ਪੁੱਤਰ ਹੁੰਦਾ ਨਾ ਕ੍ਰਾਈਸਟ ਜੀਜੇ ਜਦੋਂ ਆਇਆ ਸੀ ਇਹ ਫਿਰ ਬੱਤੀ ਹੈ ਪਹਿਲਾਂ ਤਾਂ ਸਾਰੀਆਂ ਇੱਕੋ ਲਾਈਨ 'ਚ ਹੁੰਦੀਆਂ ਸੀ ਨਾ
ਫਿਰ ਕ੍ਰਾਈਸਟ ਜੀਸਸ ਵਿੱਚ ਦੇ ਓਨਰ ਵਿੱਚ ਇਹਨੂੰ ਉੱਪਰ ਚੱਕਿਆ ਜਾਂਦਾ ਵੀ ਹੁਣ ਉਹ ਆ ਗਿਆ ਹੈਗਾ, ਕ੍ਰਾਈਸਟ ਆ ਗਿਆ ਹੈਗਾ। ਪਰ ਇਹ ਜੂ ਮਕਾਰ ਹੈਗੇ ਨੇ, ਇਹਨਾਂ ਨੇ ਫਿਰ ਉਹ ਥੱਲੇ ਲੈਣ ਦੀ ਬੱਤੀ, ਅਤੇ ਇਹਨਾਂ ਨੂੰ ਹੁਣ ਪਤਾ ਨਹੀਂ ਹੈਗਾ ਵੀ ਬੱਤੀ ਉੱਚੀ ਹੋਣੀ ਚਾਹੀਦੀ ਕਿ ਨੀਵੀਂ। ਇਸ ਕਰਕੇ ਭਿੰਡਰਾਂ ਵਾਲਾ ਜਿਹੜਾ ਸੀਗਾ ਨਾ, ਉਹ ਸਿੱਖ ਸੀਗਾ, ਭਾਈ ਘਨੱਈਆ ਜੀ ਸਿੱਖ ਸੀਗੇ। ਉਹ ਪਾਣੀ ਪਿਲਾਉਂਦੇ ਸੀਗੇ ਬਗੈਰ ਵਿਤਕਰੇ ਦੇ, ਕੋਈ ਦੁਸ਼ਮਣ ਹੈਗਾ ਕੋਈ ਖਾਲਸਾ ਹੈਗਾ, ਸਭ ਦੇ ਇੱਕੋ ਜਿਹਾ ਉਹਨਾਂ ਨੂੰ ਸੀ ਨਜ਼ਰ 'ਚ ਆਉਂਦਾ ਸੀ, ਅਕਾਲ ਪੁਰਖ ਦਾ ਰੂਪ ਨਜ਼ਰ ਆਉਂਦਾ ਸੀ ਉਹਨਾਂ ਨੂੰ, ਕੋਈ ਦੁਸ਼ਮਣ ਨਹੀਂ ਸੀ ਨਜ਼ਰ ਆਉਂਦਾ। ਉਹ ਪੱਟੀਆਂ ਕਰਦੇ ਸੀ, ਮਲਮਾ ਕਰਦੇ ਸੀ, ਪਾਣੀ ਪਿਲਾਉਂਦੇ ਸੀਗੇ। ਉਹ ਜਿਹੜੇ ਖਾਲਸੇ ਸੀਗੇ ਜਿਹਨਾਂ ਨੂੰ ਅਕਲ ਨਹੀਂ ਸੀਗੀ, ਕਿਉਂ ਖਾਲਸਾ ਤਿੰਨ ਕਿਸਮ ਦਾ ਨਾ, ਬੇਮੁੱਖ, ਮਨਮੁੱਖ ਅਤੇ ਗੁਰਮੁੱਖ। ਬੇਮੁੱਖ ਹੈਗੇ 40 ਮੁਕਤਿਆਂ ਦੀ ਮਿਸਾਲ, ਅਤੇ ਮਨਮੁੱਖ ਦੀ ਹੈਗੀ ਬੰਦਾ 72, ਅਤੇ ਗੁਰਮੁੱਖ ਜਿਹੜੇ ਸੀਗੇ ਉਹ ਤੱਤ ਖਾਲਸਾ ਸੀਗੇ, ਉਹ ਨਹੀਂ ਕਿਸੇ ਦੇ ਮਗਨ ਲੱਗੇ, ਉਹ ਨਿਆਰੇ ਰਹੇ ਨੇ। ਇਹ ਜਿਹੜੀ ਕਪੂਰਥਲੀ ਦੀ ਰਿਆਸਤ ਹੈਗੀ, ਇਹ ਨਵਾਬ ਦਿੰਦਾ ਸੀਗਾ ਉਹਨੂੰ ਤੱਤ ਖਾਲਸੇ ਨੂੰ ਵੀ ਤੁਸੀਂ ਉਹਨੂੰ ਟਿੱਕ ਕੇ ਬਹਿ ਜਾਓ। ਉਹਨਾਂ ਨੇ ਕਹਿੰਦੇ ਅਸੀਂ ਨਹੀਂ ਲੈਣੀ ਇਹੋ, ਅਤੇ ਉਹਨਾਂ ਨੇ ਫਿਰ ਉਹ ਜਿਹੜਾ ਸੀ ਘੋੜਿਆਂ ਦੀ ਲਿੱਤ ਚੱਕਦਾ ਕਲਾਲ ਇੱਕ, ਉਹਨੂੰ ਕਿਹਾ ਵੀ ਇਹਨੂੰ ਦੇ ਦਿਓ, ਇਹ ਦੁਨਿਆਵੀ ਆਦਮੀ ਹੈਗਾ, ਅਤੇ ਇਸ ਕਰਕੇ ਉਹਨੂੰ ਫਿਰ ਮਿਲ ਗਈ ਸੀ ਇਹ ਜ਼ਿਆਦਾ ਉਹਦੇ ਉਹ। ਅਤੇ ਖਾਲਸਾ ਦੁਨਿਆਵੀ ਰਾਜ ਨਹੀਂ ਕਰਦਾ, ਰੂਹਾਨੀ ਰਾਜ ਕਰਦਾ ਹੈਗਾ। ਅਤੇ ਇਹ ਜਿਹੜਾ ਪਿੰਡਰਾਂ ਵਾਲਾ ਸੀ, ਇਹ ਖਾਲਿਸਤਾਨ ਮੰਗੀ ਜਾਂਦਾ ਸੀਗਾ, ਅਤੇ ਇਹ ਨਾ ਸਿੱਖ ਸੀਗਾ। ਇਹਦੇ ਵੱਲ ਕੋਈ ਕਰਕੇ ਦੇਖੇ ਦੇ, ਇਹਦੇ ਚਪੇੜ ਮਾਰ ਕੇ ਦੇਖੇ ਦੇ, ਇੱਕ ਉਹ ਬੰਦੂਕ ਮਾਰਦਾ ਸੀਗਾ ਅੱਗਿਓਂ। ਦੂਜੀ ਗੱਲ ਤਾਂ ਕੀ ਕਰਨੀ, ਬੰਦੂਕ ਚੱਕ ਕੇ ਠਾ ਮਾਰਨਾ ਸੀ ਉਹਨੇ, ਅਤੇ ਨਾ ਹੀ ਉਹ ਖਾਲਸਾ ਸੀਗਾ। ਕਿਉਂ ਇਹ ਜਿਹੜਾ ਕੰਪਲੈਕਸ ਹੈਗਾ ਹਰਿਮੰਦਰ ਸਾਹਿਬ ਦਾ, ਇਹ ਸਿੱਖ ਭਗਤਨ ਅਤੇ ਨਿਰਮਲੇ ਸੰਤਨ ਲਈ ਹੈਗਾ। ਨਿਰਮਲੇ ਸੰਤਾਂ ਦਾ ਤਖ਼ਤ ਹੈਗਾ, ਬ੍ਰਾਹਮਣ ਵਰਨ ਦਾ ਅਕਾਲ ਤਖ਼ਤ, ਅਤੇ ਜਿਹੜੇ ਹੈਗੇ ਨੇ, ਅਤੇ ਸਿੱਖ ਭਗਤਨ ਦਾ ਹੈਗਾ ਉਹ ਹਰਿਮੰਦਰ ਸਾਹਿਬ। ਇਹ ਹਰਿਮੰਦਰ ਸਾਹਿਬ ਹੈਗਾ, ਇਹ ਹਰੀ ਮੰਦਰ ਨਹੀਂ ਹੈਗਾ। ਬਾਣੀ 'ਚ ਇਹਨਾਂ ਨੇ ਆਪਣੇ ਜਿਹੜਾ ਨਾ ਤੋਕੇ 'ਚ ਉਹਦੇ 'ਚ ਹੇਰਾ ਫੇਰੀ ਕੀਤੀ, ਗੁਣ ਤਾਂ ਗਾਓ ਹਰੀ ਦੇ, ਮਨ ਜਿਹਨ ਵਸਾਇਆ, ਗੁਣ ਹਰੀ ਦੇ ਨਹੀਂ ਗਾਉਣੇ, ਗੁਣ ਹਰ ਦੇ ਗਾਉਣੇ, ਹਰ ਅੰਦਰ ਵਸਦਾ ਹੈਗਾ। ਇਹ ਹਰਿਮੰਦਰ ਹੈਗਾ, ਇਹ ਹਰੀ ਮੰਦਰ ਨਹੀਂ ਹੈਗਾ। ਹਰੀ ਮੰਦਰ ਇੱਟਾਂ ਦਾ ਬਣਿਆ ਹੁੰਦਾ ਹੈਗਾ, ਉਹਦੇ 'ਚ ਬ੍ਰਾਹਮਣ ਬੈਠਾ ਹੈਗਾ, ਇੱਥੇ ਬੈਠਾ ਸਤਿਗੁਰੂ ਅੰਦਰ। ਇਹ ਹਰਿਮੰਦਰ ਹੈਗਾ, ਅਤੇ ਗੁਣ ਤਾਂ ਗਾਓ ਹਰ ਦੇ, ਮਨ ਜਿਨ ਵਸਾਇਆ, ਹਰ ਜਿਹੜਾ ਅੰਦਰ ਵਸਦਾ ਹੈਗਾ ਤੁਹਾਡੇ, ਉਹਨੇ ਤੁਹਾਡਾ ਮਨ ਵਸਾਉਣਾ ਹੈਗਾ। ਇਹ ਹਰੀ ਜਿਹੜਾ ਹੈਗਾ ਉਹ ਬਾਹਰ ਹੈਗਾ, ਦੂਰ ਹੈਗਾ, ਇੱਟਾਂ ਦੇ ਮੰਦਰ 'ਚ ਬਣਾ ਕੇ ਉਹ ਹਰੀ ਹਰੀ ਬਾਹਰ ਹੁੰਦਾ ਹੈਗਾ, ਤਾਂ ਉਹਦੀ ਫਿਰ ਪੂਜਾ ਕਰਦੇ, ਟੱਲੀਆਂ ਵਜਾ ਕੇ ਅਤੇ ਫਲਾਨਾ ਕਰਕੇ। ਇਸ ਕਰਕੇ ਉਹ ਨਾ ਸਿੱਖ ਸੀਗਾ ਅਤੇ ਨਾ ਹੀ ਉਹ ਖਾਲਸਾ ਸੀ, ਕਿਉਂ ਇੱਥੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਆਪ ਨਹੀਂ ਆਏ, ਅਤੇ ਉਹਦਾ ਪੁੱਤਰ ਕੀ ਕਰਦਾ ਸੀਗਾ। ਅਤੇ ਗੁਰਦੁਆਰੇ 'ਚ ਚਲੇ ਜਾਂਦੇ ਨਾ ਪਾ ਕੇ ਛੁਰੀਆਂ, ਅਤੇ ਉੱਥੇ ਰੱਖੀਆਂ ਹੋਈਆਂ ਨੇ, ਉਹਨਾਂ ਨੂੰ ਪੁੱਛੇ ਕਾਹਤੋਂ ਰੱਖੀਆਂ, ਨਾ ਸਿੱਖ ਦਾ ਤਾਂ ਹੈਗਾ ਨਾ ਕੋਈ ਬੈਰੀ, ਨਾ ਹੈ ਬਗਾਨਾ, ਇਹ ਕਿਹਦੇ ਮਾਰਨੀਆਂ ਨੇ? ਇਹ ਜਦੋਂ ਇਲੈਕਸ਼ਨ ਹੁੰਦੀ ਅਸੀਂ ਉਹਦੇ ਮਾਰਨੀਆਂ ਨੇ, ਇੱਕ ਦੂਜੇ ਨਾਲ ਲੜਾਂਗੇ ਨਾ, ਫਿਰ ਕਿਰਪਾਨਾ ਚੱਕਾਂਗੇ, ਲਾਗੇ ਹੀ ਮਿਲ ਜਾਣੀਆਂ ਨੇ। ਇਹ ਹੈਗੀ ਸਿੱਖੀ। ਇਸ ਕਰਕੇ ਸਿੱਖ ਜਿਹੜਾ ਹੈਗਾ ਇਹ ਦੂਜਾ ਪੰਥ ਹੈਗਾ, ਪਹਿਲਾ ਪੰਥ ਹਿੰਦੂ। ਜਿੰਨਾ ਚਿਰ ਹਿੰਦੂ ਨਹੀਂ ਬਣਦੇ ਸਿੱਖ ਨਹੀਂ ਬਣ ਸਕਦੇ। ਤੀਜਾ ਪੰਥ ਹੈਗਾ ਖਾਲਸਾ, ਅਤੇ ਚੌਥਾ ਪੰਥ ਹੈਗਾ ਨਿਰਮਲੇ ਸੰਤਾਂ ਦਾ। ਫਿਰ ਇਸੇ ਕਰਕੇ ਇੱਥੇ ਜਦੋਂ ਉਹ ਵਿਚਾਰ ਵਿਚੂਰ ਕਰਦੇ ਨੇ, ਅਤੇ ਸਿੱਖਾਂ ਨੂੰ ਸਿੱਖ ਸਿੱਖ ਸਿੱਖਦੇ ਨੇ, ਸਿੱਖਣ ਵਾਲਿਆਂ ਨੂੰ ਸਿੱਖ ਕਹੀਦਾ ਹੈਗਾ। ਸਟੂਡੈਂਟ ਨਾ ਪੈਦਾ ਹੋਇਆ ਨਾ ਇਹ ਮਰਿਆ, ਕੋਈ ਰੂਹਾਨੀ ਚੀਜ਼ ਹੈਗੀ ਨਾ। ਅਤੇ ਉਹ ਫਿਰ ਕੌਮਾਂ ਦੇ ਲੋਕ ਜੰਮੇ, ਕੌਮਾਂ ਦੇ ਲੋਕ ਮਰੇ, ਇਸੇ ਤਰ੍ਹਾਂ ਹੀ ਇਹ ਯਹੂਦੀਆਂ ਜਿਹੜੇ ਚੋਜ਼ਨ ਪੀਪਲ ਹੈਗੇ ਨੇ ਇਹ ਵੀ ਮਰੇ ਨਾ, ਹਿਟਲਰ ਨੇ ਮਾਰੇ ਇਹਨਾਂ ਨੂੰ ਕਾਫੀ,
ਇਹਨਾਂ ਚਾਰ 4 million 5 million ਮਾਰਿਆ ਕਹਿੰਦੇ ਹੈਗੇ ਨੇ। ਇਹਨਾਂ ਜਦੋਂ ਪੁੱਛੀਦਾ ਨਾ ਵੀ ਕਿੰਨੇ ਮਰੇ ਨੇ ਉੱਥੇ, ਕਹਿੰਦੇ ਤੇ 4 million 5 million। ਅਤੇ ਜਦੋਂ ਉਹਨਾਂ ਨੂੰ ਕਹੀਦਾ ਹੈਗਾ ਵੀ ਸਿੱਖ ਦਾ ਜਿਹੜਾ ਹੁੰਦਾ ਸਿੱਖ ਹੁੰਦਾ ਤਲਮੋਦੀਮ, ਉਹਦਾ ਹੁੰਦਾ ਮਨ ਹੁੰਦਾ ਹੈਗਾ, ਇਨਸਾਨ ਦਾ ਤਨ ਨਹੀਂ ਹੁੰਦਾ। ਤਨ ਜੰਮਿਆ, ਤਨ ਤਨ ਮਰਿਆ, ਤਦ ਤਾਂ ਜੰਮਿਆ ਸੀ ਜੱਟ ਕਿਸੇ ਦਾ, ਕੋਈ ਰੋੜਾ ਕੋਈ ਖੱਤਰੀ, ਅਤੇ ਮਰ ਕਿੱਦਾਂ ਜਾਣਗੇ ਸਿੱਖ ਜਦਕਿ ਜੰਮੇ ਨਹੀਂ ਹੈਗੇ। ਅਤੇ ਇਸ ਕਰਕੇ ਸੱਚੇ ਪਾਤਸ਼ਾਹ ਜੇ ਗੋਬਿੰਦ ਰਾਏ ਜੀ ਤੋਂ ਫਿਰ ਗੋਬਿੰਦ ਸਿੰਘ ਜੀ ਬਣ ਗਏ ਜੀ ਨਾ। ਇਹ ਸਿੰਘ ਜਿਹੜਾ ਸਰਨੇਮ ਹੈਗਾ ਸਪੈਸ਼ਲ ਹੈਗਾ, ਇਹ ਉਹੀ ਲਾ ਸਕਦੇ ਮਗਰ ਜਿਹੜਾ ਨੇ ਆਪਣਾ ਸੀਸ ਦਿੱਤਾ ਹੈਗਾ ਪਰ ਉਪਕਾਰ ਲਈ, ਘਰਾਂ ਦਾ ਕੰਮ ਨਹੀਂ ਕਰ ਸਕਦੇ। ਮੇਰੇ ਪਿੱਛੇ ਵੀ ਨੌ ਦੇ ਪਿੱਛੇ ਸਿੰਘ ਹੁੰਦਾ ਸੀ ਵਿੱਚ ਮਿਡਲ ਵਿੱਚ, ਮੈਂ ਜਦੋਂ ਪਤਾ ਲੱਗਿਆ ਮੈਂ ਘਟਾ ਦਿੱਤਾ। ਸਾਰਿਆਂ ਦੇ ਹੈਗਾ ਉੱਦਾਂ, ਬਹੁਤ ਸਾਰਿਆਂ ਦੇ। ਅਤੇ ਇਸ ਕਰਕੇ ਮਨ ਨੇ ਜਾਗਿਆ ਅਤੇ ਤਦੇ ਤੁਸੀਂ ਫਲ ਪਾਓਗੇ। ਇਹ ਹੈਗੀ ਮੇਰੀ ਬੇਨਤੀ ਅਤੇ ਅੱਗੇ ਤੁਹਾਡੀ ਮਰਜ਼ੀ। ਜੇ ਤੁਸੀਂ ਅਕਾਲ ਪੁਰਖ ਦੀ ਰਾਏ 'ਚ ਰਹੋਗੇ, ਉਹਦੀ ਉਹਦੀ ਹਜ਼ੂਰੀ 'ਚ ਰਹੋਗੇ, ਉਹਨਾਂ ਦੇ ਪੈਰਾਂ 'ਚ ਆਪਣਾ ਸਿਰ ਧਰੋਗੇ, ਤਦ ਤੁਸੀਂ ਫਿਰ ਕਿਤੇ ਫਲ ਤੁਹਾਡਾ ਪੱਕੇਗਾ ਅਤੇ ਰੀਜਰੈਕਸ਼ਨ ਰੈਸਟ ਤਾਂ ਸ਼ਾਂਤੀ ਮਿਲੇਗੀ, ਯਾਨੀ ਕਿ ਸਾਲਵੇਸ਼ਨ ਮਿਲੇਗੀ ਤੁਹਾਨੂੰ। ਨਹੀਂ ਤਾਂ ਫਿਰ 84 ਦੀ ਜੂਨ 'ਚ ਪੈ ਕੇ ਇੱਕ ਵਾਰੀ ਫਿਰ ਗੇੜਾ ਲਾਇਆ ਜੇ, ਜਦੋਂ ਕ੍ਰਾਈਸਟ ਆਇਆ ਫਿਰ ਉਹਨੇ ਆਉਣਾ ਹੈਗਾ, ਫਿਰ ਤੁਸੀਂ ਉਸ ਪੂਰੇ 'ਚ ਚਲੇ ਜਾਏ। ਇਹ ਬੜੀ ਬਹੁਤ ਜਿਹੜਾ ਨਾ ਬਹੁਤ ਮੁਸ਼ਕਲ ਹੈਗਾ ਸਬਜੈਕਟ, ਕਿਉਂ ਲੋਕ ਗੁੰਮਰਾਹ ਕਰਨ ਵਾਲੇ ਬਹੁਤ ਹੈਗੇ ਨੇ, ਸਿੱਖਾਂ ਦੇ ਨਾਲ ਬਹੁਤ ਘੱਟ ਮਿਲਦਾ ਹੈਗਾ। ਤੁਹਾਡੀ ਮਰਜ਼ੀ ਹੈਗੀ, ਇਸ ਕਰਕੇ ਆਪ ਹਿੰਮਤ ਕਰਨੀ ਹੈਗੀ, ਕਿਸੇ ਨੇ ਕਰਾਉਣੀ ਤੁਹਾਡੇ ਤੋਂ। ਅਤੇ ਓਕੇ, ਰੱਬ ਰੱਖਾ ਫਿਰ।